ਵਾਲੇਕੁਮ ਦੋਸਤੋ, ਤੁਸੀਂ ਦੇਖ ਰਹੇ ਹੋ ਅਨਮੋਲ ਪੰਜਾਬ ਟੀਵੀ ਤੇ ਮੈਂ ਤੁਹਾਡਾ ਮੇਜ਼ਬਾਨ ਮੁਹੰਮਦ ਫੈਸਲ ਜੋਈਆ। ਦੋਸਤੋ, ਸਭ ਤੋਂ ਪਹਿਲੇ ਆਪਣੇ ਚੈਨਲ ਨੂੰ ਕਰੋ ਸਬਸਕ੍ਰਾਈਬ ਤੇ ਨਾਲ ਹੀ ਬੈਲ ਆਈਕਨ ਨੂੰ ਦਬਾਓ ਤਾਂ ਕਿ ਸਾਡੀ ਹਰ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਬਆਸਾਨੀ ਪਹੁੰਚ ਸਕੇ। ਦੋਸਤੋ, ਅੱਜ ਅਸੀਂ ਅਨਮੋਲ ਚੈਨਲ ਤੇ ਆਪਣੇ ਵੀਰਾਂ ਵਾਸਤੇ ਇੱਕ ਦੂਜਨ ਛੋਟੀ ਦੀ ਵੀਡੀਓ ਲੈ ਕੇ ਆਏ ਹਾਂ। ਦੂਸਰਾ ਸੂਆ ਸੂਈਏ, ਮੇਰਾ ਕੈਮਰਾਮੈਨ ਤੁਹਾਨੂੰ ਛੋਟੀ ਦਿਖਾਏਗਾ। ਉਸ ਤੋਂ ਬਾਅਦ ਮਜ਼ੀਦ ਆਪਾਂ ਸਾਰੀਆਂ ਗੱਲਾਂ ਪੁੱਛਦੇ ਹਾਂ ਮਾਲਕ ਤੂੰ ਕਿ ਕਦੋਂ ਸੂਈਏ ਤੇ ਪਹਿਲੇ ਸੂਏ ਕਿੰਨਾ ਦੁੱਧ ਕਰਦੀ ਰਹੀਏ, ਹੁਣ ਕਿੰਨਾ ਚੋਰ ਇਹਨੇ ਦੋ ਟਾਈਮ ਦਾ, ਕਿੰਨੀ ਡਿਮਾਂਡ ਕਰਦੇ ਨੇ, ਇਹ ਸਾਰੀਆਂ ਗੱਲਾਂ ਉਹਨਾਂ ਕੋਲੋਂ ਪੁੱਛਦੇ ਹਾਂ। ਮੱਝ ਦੇਖਣ ਤੋਂ ਬਾਅਦ ਕੈਮਰਾਮੈਨ ਸਾਹਿਬ ਮੱਝ ਦਿਖਾਓ। ਪਿੱਛੇ ਜਾ ਕੇ ਸਿੰਘ ਮੋੜ ਰਹੀ ਹੈ, ਕਾਲੀਆਂ ਅੱਖਾਂ ਨੇ ਜੀ, ਥਣ ਥੋੜ੍ਹਾ ਜਿਹਾ ਲੰਮਾ, ਥਣਾਂ ਵੱਲ ਵੇਖੀਏ ਤਾਂ ਲੱਗਦਾ ਜਿਵੇਂ ਤੀਸਰਾ ਚੌਥਾ ਸੂਆ ਸੂਈਏ, ਲੇਕਿਨ ਮਾਲਕ ਕਸਮ ਚੁੱਕ ਕੇ ਗੱਲ ਕਰ ਰਹੇ ਨੇ ਕਿ ਭਾਈ ਜੀ ਦੂਸਰਾ ਸੂਆ ਸੂਈਏ। ਅਤੇ ਉਹਨਾਂ ਕੋਲ ਪੁੱਛਾਂ ਕਿ ਥਣਾਂ ਦੇ ਨਾਲ ਪੀਂਘ ਪਾਈ ਰੱਖੀ ਇਹਨਾਂ ਨੇ, ਇਕੱਠੀ ਥਾਈ ਨਹੀਂ ਯਾਰ, ਅੱਛਾ ਮਾਝ ਨੂੰ ਖੋਲ ਕੇ ਮਾਰਿਆ ਟੋਰੀ ਨਹੀਂ, ਦੇਖ ਲਈਏ ਵੀ ਕਿਤੇ ਕੰਡਾ ਕੁੰਡਾ ਤਾਂ ਨਹੀਂ ਵੱਜਿਆ ਹੋਇਆ, ਦਰਿਆ 'ਤੇ ਖੜੀਆਂ ਨੇ ਫਿਰ ਬਾਹਰ ਚਰਨ ਚੁੱਕ ਜਾ ਲਈਆਂ ਨੇ। ਹਾਂ ਕੰਨਾਂ ਦੇ ਵਿੱਚ ਪਸ਼ਮ ਹੈ ਜੀ, ਮੇਰਾ ਕੈਮਰਾਮੈਨ ਤੁਹਾਨੂੰ ਦਿਖਾ ਰਿਹਾ ਇੱਕ ਆਪ ਦੀਆਂ ਨਜ਼ਰਾਂ ਨਾਲ, ਕੱਟੀ ਹੈ ਜੀ ਮਗਰ। ਹਾਂਜੀ ਕੈਮਰਾਮੈਨ ਸਾਹਿਬ ਕੱਟੀ ਦਿਖਾਇਆ ਜੀ, ਐ ਜੀ ਕੱਟੀ ਹੈ, ਨਾੜੂਆ ਲਮਕ ਰਿਹਾ ਬਿਲਕੁਲ ਤਾਜ਼ਾ ਸੂਈ ਹੋਈ ਹੈ। ਮਾਲਕ ਨੂੰ ਪੁੱਛਦੇ ਹਾਂ ਕਿ ਅੱਜ ਸੁਬਾਹ ਸੂਈਏ ਜਾਂ ਰਾਤ ਨੂੰ ਸੂਈਏ, ਕਦੋਂ ਸੂਈਏ ਤੇ ਪਹਿਲਾ ਬੋਲਾ ਕਿੰਨਾ ਚੋਇਆ ਹੈ। ਤਸੱਲੀ ਨਾਲ, ਤਸੱਲੀ ਨਾਲ ਕੈਮਰਾਮੈਨ ਸਾਹਿਬ, ਤਸੱਲੀ ਨਾਲ ਮਾਝ ਇੱਕ ਦਫਾ ਫਿਰ ਦਿਖਾ ਦਿਓ ਬਾਈ ਯਾਰ, ਮਾਝ ਕਿਵੇਂ ਕੋਰੋ ਨਾ ਮਾੜਾ ਯਾਰ, ਤਸੱਲੀ ਕਰ ਲਈ, ਕੰਡਾ ਕੁੰਡਾ ਤਾਂ ਨਹੀਂ ਲੱਗਿਆ ਹੋਇਆ, ਮਾਰਦੀ ਏ, ਅੱਛਾ ਮਾਰਦੀ ਨਹੀਂ, ਵੈਸੇ ਡਰੀ ਖੜੀ ਬੰਦਿਆਂ ਨੂੰ ਵੇਖ ਕੇ ਹੈ। ਠੀਕ ਹੋ ਗਿਆ, ਲਓ ਜੀ ਬਾਈ ਜਾਨ ਮੱਝ ਵੇਖ ਲਈਏ, ਹੁਣ ਆਪਾਂ ਮਜ਼ੀਦ ਸਾਰੀਆਂ ਗੱਲਾਂ ਮਾਲਕ ਤੋਂ ਹੀ ਪੁੱਛਦੇ ਹਾਂ। ਅਸਲਾਮ ਵਾਲੇਕੁਮ ਬਾਈ, ਵਾਲੇਕੁਮ ਸਲਾਮ ਬਾਈ ਜਾਨ, ਕੀ ਹਾਲ ਨੇ? ਮੇਰ ਠੀਕ ਠਾਕ ਹੈ, ਤੁਸੀਂ? ਕੀ ਨਾਮ ਹੈ ਜੀ ਆਪਣਾ? ਮੇਹਰ ਅਲੀ। ਬਾਈ ਮੇਹਰ ਅਲੀ, ਇਹ ਮੱਝ ਕਿੰਨਵਾਂ ਸੂਆ ਸੂਈਏ? ਇਹ ਦੂਸਰਾ ਸੂਆ ਸੂਈਏ, ਰਾਤੀ ਸੂਈਏ 12-1 ਵਜੇ ਰਾਤ ਦੇ। ਥਣਾ ਤਾਂ ਨਹੀਂ ਲੱਗਦਾ ਵੀ ਇਹ ਦੂਸਰਾ ਸੂਆ ਸੂਈਏ? ਨਹੀਂ ਜੀ, ਦੂਸਰਾ ਸੂਆ ਸੂਈਏ। ਥਣਾ ਨਾਲ ਝੂਟੇ ਲੈਂਦਾ ਰਿਹਾ? ਉਹ ਬੱਚੇ ਲੈਂਦੇ ਰਹਿੰਦੇ ਝੂਟੇ ਮਾੜੇ ਮੋਟੇ। ਅੱਛਾ, ਹਾਂਜੀ, ਤੂੰ ਵੀ ਸੱਚਾ ਬੰਦਾ, ਸਿਆਣਾ ਤੂੰ ਵੀ। ਸਭ ਤੋਂ ਪਹਿਲੇ ਮੈਨੂੰ ਇਹ ਗੱਲ ਦੱਸ ਕਿ ਅਸੀਂ ਤੇਰੇ ਕੋਲ ਕਿੰਨਾ ਸਫ਼ਰ ਕਰਕੇ ਆਏ ਖੜੇ? ਤੁਸੀਂ ਸਾਡੇ ਕੋਲ ਤਕਰੀਬਨ ਆਪਣੇ ਮਾਂ ਨੂੰ ਹਾਜ਼ਰ ਨਾਜ਼ਰ ਕਰਕੇ ਨਾ ਸਹੀ ਸੀ ਗੱਲ ਕਰਨੀ। ਤਕਰੀਬਨ 55 ਤੋਂ 60 ਕਿਲੋਮੀਟਰ। 60 ਕਿਲੋਮੀਟਰ ਇੱਥੋਂ ਤੈਨੂੰ ਦਰਿਆ ਕਿੰਨਾ ਹੈਗਾ? ਇੱਥੋਂ ਦਰਿਆ 1 ਕਿਲੋਮੀਟਰ ਨਹੀਂ ਬਣਦਾ, 1 ਕਿਲੋਮੀਟਰ ਵੀ ਨਹੀਂ ਬਣਦਾ। ਹਾਂਜੀ ਠੀਕ ਹੋ ਗਿਆ। ਪਹਿਲਾ ਸੂਆ ਜਿਹੜਾ ਤੁਸੀਂ ਪੀਤਾ ਹੈ, ਹਾਂਜੀ, ਉਹਦੇ ਵਿੱਚ ਕਿੰਨਾ ਦੁੱਧ ਕਰਦੀ ਸੀ ਦੋ ਟਾਈਮ ਦਾ ਮੱਝ? ਦੋ ਟਾਈਮ ਦਾ 6 ਕਿਲੋ ਸੁਬਹਾ ਤੇ 6 ਕਿਲੋ ਸ਼ਾਮ ਕਰਦੀ। ਅੱਛਾ, 12 ਲੀਟਰ ਚੋਂਦੇ ਰਹੇ? ਹਾਂ, 12 ਲੀਟਰ 24 ਘੰਟੇ। ਹੁਣ ਇਹ ਕੱਲ ਰਾਤੀ ਸੂਈ ਹੈ? ਨਹੀਂ ਜੀ, ਰਾਤ ਜਿਹੜੀ ਆਉਣ ਲੱਗੀ। ਅੱਛਾ, ਅੱਜ ਰਾਤ ਨੂੰ ਸੂਈ? ਹਾਂ, ਰਾਤ। ਪਹਿਲਾ ਜਿਹੜਾ ਬੋਲਾ ਚੋਇਆ ਕਿੰਨਾ ਚੋਇਆ? 9 ਕਿਲੋ ਬੋਲਾ ਚੋਇਆ ਹੈ। 9 ਕਿਲੋ ਚੋਇਆ? ਹਾਂਜੀ ਠੀਕ ਹੋ ਗਿਆ। ਦੂਸਰੀ ਚੁਆਈ ਸ਼ਾਮ ਨੂੰ ਹੋਣੀ। ਹੁਣ ਠੀਕ ਹੋ ਗਿਆ, ਇੱਕ ਹੀ ਚੁਆਈ ਕੀਤੀ? ਹਾਂ, ਇੱਕ ਹੀ ਚੁਆਈ ਕੀਤੀ ਅਸੀਂ। ਤੇ ਥਣ ਥੁਣ ਠੀਕ ਨੇ? ਬਿਲਕੁਲ ਥਣ ਠੀਕ ਨੇ, ਚਾਰੇ ਬਿਲਕੁਲ। ਕਿੰਨੀ ਡਿਮਾਂਡ ਕਰਨਾ, ਕਿੰਨੇ ਪੈਸੇ ਮੰਗਣੇ ਚੋਕੀ ਦੇ? ਅਸੀਂ ਪੈਸੇ ਜੀ ਜਾਇਜ਼ 2,25,000 ਰੁਪਏ ਮੰਗਣੇ ਆ। ਇਹ 2,25,000 ਰੁਪਇਆ ਜਾਇਜ਼ ਹੈ ਜੀ? ਜਾਇਜ਼ ਹੈ, ਅਸੀਂ 4 ਨੇ ਕੀਤਾ 6 ਨੇ ਕੀਤਾ, 2,25,000। ਇਹਦੇ ਵਿੱਚ ਕਿੰਨੇ ਪੈਸੇ ਛੱਡ ਦਿਓਗੇ ਸਾਨੂੰ? ਅਗਰ ਅਸੀਂ ਮੱਝ ਖਰੀਦਣੀ ਹੈ ਤਾਂ ਕਿੰਨੀ ਪਿਆਰ ਮੁਹੱਬਤ ਕਰੋਗੇ? 5,000 ਛੱਡ ਸਾਂ ਵੱਧ ਵੱਧ। ਅੱਛਾ ਜੀ, ਹਾਂਜੀ। ਇਹਦੇ ਵਿੱਚ ਹੋਰ ਗੁੰਜਾਇਸ਼? ਨਹੀਂ, ਗੁੰਜਾਇਸ਼ ਘੱਟ ਤੇ ਅਸੀਂ ਮੁੱਲ ਹੀ
अच्छा जी 2-20 फाइनल है। हाँ जी ये 2-20 के और गुंजाइश कोई नहीं थी? कोई नहीं। ठीक हो गया जी, ठीक है भाई जान। लो जी भाई जी, दूसरा सुआ सुई है, पहले सुए 12 लीटर दूध कर दी रही है, दूसरा सुआ सुई है पिछे कट्टी है, अज रात नु सुई 9 लीटर बोला चोया, पहला बोला दूसरी चुवाई हले करनी है, शाम नु करनगे। असी जनाब बिल्कुल दरिया के कंडे ते खड़े हाँ भाई, तो खुद ही उन्होंने दस्या है कि 1 किलोमीटर भी नहीं है दरिया, तो 2,25,000 रुपया मुल किया जी, 2,20,000 की फाइनल दे देंगे। अगर साढ़े किसी वीर भरा ने चोटी खरीदनी है, साड़ा राबता नंबर है 0311-65-132, इस नंबर से साड़ी वट्सअप बनी है। अगर तुम्हें साड़ी आई दी वीडियो पसंद आए, साड़ी वीडियो में लाइक तो शेयर जरूर करो। जिंदगी रही तो मिलेंगे एक नई वीडियो के नाल, अपने मेज़बान फैसल जोइया ने दो इजाज़त, अल्लाह।